ਜਦੋਂ ਦਾ ਪੰਜਾਬ ਬਣਿਆ ਚਾਰ ਮੁੱਖ ਮੰਤਰੀ ਬਣੇ, ਤਿੰਨ ਹੀ ਸਮਝ ਲਓ, ਬਰਨਾਲਾ ਸਾਹਿਬ ਤਾਂ ਮੈਨੂੰ ਲੱਗਦਾ ਢਾਈ ਸਾਲ ਹੀ ਰਹੇ ਹੈ, ਪਰ ਬਾਦਲ ਸਾਹਿਬ ਬਣੇ ਤਕਰੀਬਨ 20 ਸਾਲ, ਕੈਪਟਨ ਅਮਰਿੰਦਰ ਸਿੰਘ ਬਣਿਆ 10 ਸਾਲ, ਬੇਅੰਤ ਸਿੰਘ ਬਣਿਆ 5 ਸਾਲ, ਤੇ ਆਪਣੇ ਆਹ ਜਿਹੜਾ ਅੱਜ ਵਾਲਾ ਪਾਗਲ ਜਿਹਾ ਉਹ ਮੈਨੂੰ ਲੱਗਦਾ 1 ਸਾਲ ਹੀ ਹੋਇਆ। ਸੋ ਹੁਣ ਕੀ ਹੈ, ਉਹਨਾਂ ਕੋਲ ਗੂਗਲ ਕਰਕੇ ਗੂਗਲ ਤੁਸੀਂ ਕਰੋ ਕਿ ਕਿਹੜੇ ਮੁੱਖ ਮੰਤਰੀਆਂ ਨੇ ਕੀ ਬਣਾਇਆ ਪੰਜਾਬ ਵਿੱਚ। ਮੈਂ ਕਹਿੰਦਾ ਆਪਣੇ ਬੱਚਿਆਂ ਨੂੰ ਕੋਈ ਸ਼ਾਮ ਤੱਕ ਨੂੰ ਗੂਗਲ ਤੇ ਕੱਢ ਕੇ ਦਿਓ, ਧਿਆਨ ਦਿਓ, ਜੇ ਬੱਚਾ ਕੱਢ ਦੂਗਾ ਉਹਨੂੰ ਦੇ ਦਿਓ 100 ਰੁਪਏ ਨਾਲ, ਤੁਸੀਂ ਦੇਖੋਗੇ ਨਾ ਬੇਅੰਤ ਸਿੰਘ ਦੀ ਨਿਸ਼ਾਨ ਕੋਈ ਚੀਜ਼ ਆਊਗੀ, ਨਾ ਕੈਪਟਨ ਦੀ ਆਊਗੀ, ਨਾ ਇਹਨਾਂ ਦੀ ਆਉਣੀ ਹੈ, ਕੱਲੀ ਕਾਗਜ਼ ਭਰ ਜੂ ਤੁਹਾਡੇ ਆਪਣੇ ਬਜ਼ੁਰਗ ਸਰਦਾਰ ਪ੍ਰਕਾਸ਼ ਬਾਦਲ ਦੀ ਸਰਕਾਰ ਦੇ ਦੌਰਾਨ। ਆਪਣੀ ਕੌਮ ਨੂੰ ਪਤਾ ਨਹੀਂ ਕੀ ਹੋ ਗਿਆ, ਆਪਣੇ ਨੂੰ ਵੱਢਣ, ਆਪਣਿਆਂ ਨੂੰ ਮਾਰਨ। ਜਿਹੜੇ ਲੋਕੀ ਗੱਲਾਂ ਕਰਦੇ ਸੀ ਬਾਦਲ ਸਾਹਿਬ ਦੇ ਖਿਲਾਫ, ਬਾਦਲ ਪਰਿਵਾਰ ਦੇ ਖਿਲਾਫ, ਐਡੇ ਐਡੇ ਉੱਤੇ ਆਪਣੇ ਆਪ ਦਿਖਾਉਣਗੇ ਅਸੀਂ ਬੜੇ ਵੱਡੇ ਸਿੱਖ ਹੈ, ਭਾਵੇਂ ਚੋਲੇ ਪਾਏ ਹੋਣਗੇ, ਐਂ ਆਪਣੇ ਲੱਗਣਗੇ, ਹੋ ਉਹਨੂੰ ਪੁੱਛੋ ਹੁਣ ਕਿੱਥੇ ਹੈ। ਬੀਜੇਪੀ ਕੋਈ ਸ਼ਾਮਿਲ ਹੈ, ਕੋਈ ਕਿਤੇ ਸ਼ਾਮਿਲ ਹੈ, ਉਹਨਾਂ ਦਾ ਨਿਸ਼ਾਨਾ ਕੀ ਹੈ ਕਿ ਪੰਜਾਬ ਵਿੱਚ ਕੌਮ ਦੀ ਪੰਜਾਬੀਆਂ ਦੀ ਪਾਰਟੀ ਨੂੰ ਖਤਮ ਕਰ ਲਓ, ਫਿਰ ਨੈਸ਼ਨਲ ਪਾਰਟੀਆਂ ਨੂੰ ਕੋਈ ਚਿੰਤਾ ਨਹੀਂ ਹੋਊਗੀ, ਇੱਥੇ ਆਪਣੇ ਆਪ ਰਾਜ ਕਰਨਗੇ ਜਿਵੇਂ ਦੂਜੇ ਸੂਬਿਆਂ 'ਚ ਰਾਜ ਹੈ ਨੈਸ਼ਨਲ ਪਾਰਟੀਆਂ ਦਾ। ਜੇ ਆਪਾਂ ਨਹੀਂ ਸਮਝਾਂਗੇ ਤੇ ਆਹੀ ਹੋਊਗਾ। ਤੇ ਜਿਹੜੇ 7 ਸਾਲਾਂ ਤੁਸੀਂ ਦੇਖੋ, 10 ਸਾਲ ਜਦੋਂ ਅਕਾਲੀ ਦਲ ਦੀ ਸਰਕਾਰ ਸੀ, ਰੋਜ਼ ਕੋਈ ਨਾ ਕੋਈ ਚੀਜ਼ ਨਵੀਂ ਬਣੀ ਜਾਂਦੀ ਸੀ, ਨਵੀਂ ਚੀਜ਼ਾਂ ਆਉਂਦੀਆਂ ਸੀ। ਅੱਜ 7 ਸਾਲ ਹੋ ਗਏ ਇੱਕ ਇੱਟ ਲੱਗੀ ਨੂੰ। ਆਹ ਜਿਹੜਾ ਨਵਾਂ ਮੁੱਖ ਮੰਤਰੀ ਕਰਦਾ ਕੀ ਹੈ, ਪੁਰਾਣੀ ਬਿਲਡਿੰਗ ਨੂੰ ਰੰਗ ਕਰਕੇ ਨਵਾਂ ਕਰ ਦਿੰਦਾ ਹੈ। ਕੱਲ੍ਹ ਮੈਂ ਦੇਖਿਆ, ਕਹਿੰਦਾ ਜੀ 1 ਕਰੋੜ ਰੁਪਏ ਦੀ ਬਿਲਡਿੰਗ ਦਾ ਉਦਘਾਟਨ ਕੀਤਾ ਹੈ। ਯਾਰ ਸਾਡੇ ਤਾਂ 1 ਕਰੋੜ ਤਾਂ ਸਰਪੰਚ ਵੀ ਨਹੀਂ ਕਰਦੇ ਸੀ, ਪੰਚ ਕਰਦੇ ਹੁੰਦੇ ਸੀ ਉਦਘਾਟਨ ਆਪਣੀ ਸਰਕਾਰ 'ਚ। ਮੁੱਖ ਮੰਤਰੀ ਤਾਂ ਜਾਂਦਾ 500 ਕਰੋੜ, 1000 ਦੇ ਕੰਮ, 2000 ਅੱਧੀਆਂ ਚੀਜ਼ਾਂ ਦੇ ਅਸੀਂ ਕਰਦੇ ਵੀ ਨਹੀਂ ਹੁੰਦੇ, ਬਣਾ ਦਿਓ ਯਾਰ 1000। ਐਨ ਕੇ ਸ਼ਰਮਾ ਜੀ ਮੇਰੇ ਕੋਲ ਆਏ ਇੱਕ ਦਿਨ, ਮੈਨੂੰ ਕਹਿੰਦੇ ਜੀ ਜ਼ੀਰਕਪੁਰ ਮੇਰੇ ਨਾਲ ਚੱਲੋ, ਮੈਂ ਦਿਖਾਉਣਾ। ਮੈਂ ਤੇ ਕੱਲੇ ਸਿਕਿਉਰਿਟੀ ਛੱਡਤੀ, ਗੱਡੀ ਆਹ ਚਲਾਉਂਦੇ ਸੀ, ਨਾਲ ਮੈਂ ਬਹਿ ਗਿਆ। ਮੈਂ ਐਨ ਕੇ ਸ਼ਰਮੇ, ਮੈਂ ਕਿਹਾ ਚੱਲ ਲੈ ਜਾ, ਅਸੀਂ ਗਲੀਆਂ ਗੁਲੀਆਂ 'ਚ ਲੈ ਗਏ। ਮੈਂ ਕਿਹਾ ਸ਼ਰਮਾ ਜੀ, ਮੈਨੂੰ ਕਹਿੰਦੇ ਮੈਨੂੰ ਕੋਈ 25-30 ਕਰੋੜ ਦੇ ਦਿਓ। ਮੈਂ ਕਿਹਾ ਯਾਰ 25-30 ਕਰੋੜ ਨਹੀਂ, ਤੂੰ ਦੱਸ ਸਾਰਾ ਠੀਕ ਕਰਨ ਦਾ ਕਿੰਨਾ ਲੱਗਦਾ, ਕਿੰਨਾ ਦੇ ਦੇ? 100 ਕਰੋੜ ਪਤਾ, 100 ਕਰੋੜ। ਮੈਂ ਕਿਹਾ ਚੱਕ ਆਹ ਮੋਹਾਲੀ ਵਾਲਿਓ, ਜਿੰਨਾ ਸਾਰਾ ਪੰਜਾਬ 'ਚ ਨਹੀਂ ਪੈਸਾ ਲੱਗਿਆ ਉਨਾ ਮੋਹਾਲੀ ਲੱਗਿਆ, ਪਰ ਸਭ ਤੋਂ ਘੱਟ ਝਾੜ ਇੱਥੋਂ ਨਿਕਲਦਾ ਅਕਾਲੀ ਦਲ ਦਾ।